सत श्री अकाल जी सारयां नूं, मैं लवप्रीत वर्मा वेन्यूअर इंग्लिश एंड कंसल्टेंसी जगराओं तों। अज साडे नाल ने हरमीत कौर अजीतवाल तों, जिन्हां ने पहलां मोगे तों भी कई सेंटर्स से ट्राई कीता सीगा और इन्हां दे हायर बैंड्स आइल्स दे विच जगराओं साडे सेंटर तों आए ने और उस तों बाद इमीग्रेशन भी इन्हां दा असीं प्रोसीड कीता और हुण इह कैनेडा जा रहे हैं। हरमीत तों पुछांगे कि हरमीत तुहाडा एक्सपीरियंस साडे नाल किदां दा रहा। सर मैं पहला तो यही कहूँगी विन्यूअर इंग्लिश इज बेस्ट फॉर एवरी वन, बट बिकॉज मतलब सारे फॉर गर्ल्स लई तां खास करके एनवायरमेंट बहुत ज़्यादा वधिया है। इत्थों दी ट्रेनिंग डॉक्टर भावना तुहानूं पढ़ाउंदे रहे हैं? हाँ जी, ट्रेनिंग बहुत ज़्यादा वधिया सी, हरेक फैसिलिटी प्रोवाइड की हरेक स्टूडेंट नूं। प्रोपर कंसैप्ट डिटेल च दसदे सी, जिवें तुहाडा ਸੀਗੀ ਪਹਿਲਾਂ ਕੰਪਲੇਂਟ ਕੀ ਰੀਡਿੰਗ ਦੇ ਵਿੱਚ ਤੁਹਾਡੇ ਇੰਪਰੂਵ ਨਹੀਂ ਹੋ ਰਹੇ ਤੇ ਇੱਥੇ ਆ ਕੇ ਰੀਡਿੰਗ ਦੀ ਡਿਸਕਸ਼ਨ ਅਲੱਗ ਹੁੰਦੀ ਸੀਗੀ, ਅਲੱਗ ਹੁੰਦੀ ਸੀ, ਇੰਪਰੂਵਮੈਂਟ ਹੋ ਗਈ ਸੀ ਤੁਹਾਡੀ ਵਧੀਆ। ਹਾਂਜੀ ਵਧੀਆ ਹੋ ਗਈ ਸੀ। ਤਾਂ ਪੂਰੇ ਅਗਰ ਤੁਸੀਂ 5 ਸਟਾਰ ਦੇ ਵਿੱਚੋਂ ਕਿੰਨੇ ਸਟਾਰ ਦਿਓਗੇ? ਮੈਂ ਹਰੇਕ ਨੂੰ ਇਹੀ ਰੈਫਰ ਕਰੂੰਗੀ ਕਿ ਵੇ ਇੱਧਰ ਹੀ ਵਿਜ਼ਿਟ ਕਰਨਾ, ਇੱਕ ਵਾਰ ਵਿਜ਼ਿਟ ਕਰਨਾ। ਸੋ ਵਧੀਆ ਲੱਗਿਆ ਤੁਹਾਨੂੰ ਇੱਥੋਂ ਦਾ ਸਾਰਾ ਇਨਵਾਇਰਨਮੈਂਟ, ਕੁਆਲਿਟੀ ਟ੍ਰੇਨਿੰਗ? ਸੋ ਜਿਹੜੇ ਵੀ ਸਟੂਡੈਂਟਸ ਆ ਆਇਲਸ ਨਹੀਂ ਕਲੀਅਰ ਹੋ ਰਿਹਾ ਜਾਂ ਬਾਰ ਬਾਰ ਕੋਸ਼ਿਸ਼ ਕਰ ਰਿਹਾ, ਚਾਹੇ ਉਹ ਮੋਗੇ ਤੋਂ ਨੇ, ਲੁਧਿਆਣੇ ਤੋਂ ਨੇ, ਜਗਰਾਓਂ ਦੇ ਨੇ, ਇੱਕ ਵਾਰ ਸਾਡੇ ਕੋਲ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਵਿਜ਼ਿਟ ਕਰੋ। ਸਾਡੇ ਕੋਲ ਜਿਹੜਾ ਸਟਾਫ ਹੈ PhD ਇੰਗਲਿਸ਼ ਟ੍ਰੇਨਰ ਤੁਹਾਨੂੰ ਪੜ੍ਹਾਉਣਗੇ, ਬੱਚੇ ਹੀ ਬੱਚਿਆਂ ਨੂੰ ਨਹੀਂ ਪੜ੍ਹਾਉਣਗੇ। ਮੋਸਟਲੀ ਤੁਸੀਂ ਦੇਖਿਆ ਹੋਣਾ ਮੋਗੇ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਸੀ। ਮੈਂ ਮੋਗੇ ਵੀ ਗਈ, ਮੈਂ ਕਾਫੀ ਥਾਵਾਂ ਤੇ ਟਰਾਈ ਵੀ ਕੀਤਾ ਪਰ ਉੱਥੇ ਕੋਈ ਰਿਜ਼ਲਟ ਵਧੀਆ ਹੈ ਨਹੀਂ ਸੀ। ਬੱਚੇ ਹੀ ਬੱਚੇ ਨੂੰ ਮੇਰੀ ਕਜ਼ਨ ਸਿਸਟਰ ਨੇ ਰੈਫਰ ਕੀਤਾ, ਫਿਰ ਮੈਂ ਇੱਧਰ ਵਿਜ਼ਿਟ ਕੀਤਾ ਤੇ ਮੇਰੇ ਅੱਜ ਹਾਇਰ ਬੈਂਡ ਸਕੋਰ ਮੈਨੂੰ। ਚਲੋ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਤੇ ਸਾਰੇ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਮੈਂ ਕਹੂੰਗਾ ਕਿ ਵੈਨਿਊਅਰ ਇੰਗਲਿਸ਼ ਤੇ ਇੱਕ ਵਾਰ ਆਓ, ਆਪਣਾ ਸਮਾਂ ਨਾ ਖਰਾਬ ਕਰੋ। ਬਹੁਤ ਦੇਖਿਆ ਗਿਆ ਕਿ 6-6 ਮਹੀਨੇ ਕਈ ਸਟੂਡੈਂਟਸ ਆਪਣਾ ਟਾਈਮ ਲਗਾ ਲੈਂਦੇ ਹੈ ਫਿਰ ਵੀ ਬੈਂਡਸ ਨਹੀਂ ਆਉਂਦੇ, ਬਟ ਤੁਸੀਂ ਇੱਕ ਵਾਰ ਸਾਡੇ ਕੋਲ ਵਿਜ਼ਿਟ ਕਰੋ ਐਂਡ ਦੈਨ ਫੀਲ ਦਾ ਕੁਆਲਿਟੀ ਐਂਡ ਦਾ ਟ੍ਰੇਨਿੰਗ। ਵਿਜ਼ਿਟ ਐਟ ਵੈਨਿਊਅਰ ਇੰਗਲਿਸ਼, ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਜਗਰਾਓਂ। ਯੂ ਕੈਨ ਆਲਸੋ ਕਾਲ ਐਟ 7973160270। ਸਤਿ ਸ਼੍ਰੀ ਅਕਾਲ।